शेख फरीद जी का जिहड़ा एक शब्द है, सबना मन माणक थाहुण मूल मचंगवा, जे तो पिरिया दी सिख हिया उन्ना ठाए कही दा। इसका अर्थ यह है कि किसी का दिल नहीं दुखाना चाहिए था? दिल तोड़ना नहीं चाहिए। ਤੇ ਕਹਿ ਕੇ ਵੀ ਤੂੰ ਤਾਂ ਜੀ ਤੇਰੀ ਤਾਂ ਸਮਝ ਕੇ ਬਰਮ ਗਿਆਨ ਆ ਹੀ ਨਹੀਂ ਸਕਦਾ, ਤੈਨੂੰ ਤਾਂ ਮੁਕਤੀ ਵੀ ਲੈ ਨਹੀਂ ਸਕਦੀ, ਅੱਛਾ ਇਹ ਕਹਿਣਾ। ਤੇ ਸਾਰਟਰ ਨਹੀਂ ਕਰਨਾ ਚਾਹੀਦਾ, ਤੂੰ ਹੌਸਲਾ ਦੇਣਾ ਚਾਹੀਦਾ। ਤੂੰ ਕਿਉਂ ਨਹੀਂ ਕਰ ਸਕਦਾ, ਤੂੰ ਕੀ ਕਰ ਸਕਦਾ? ਪਰ ਇਹਦੇ ਅੰਦਰ ਉਹ ਕੇਸ ਜੀ ਅੰਦਰ ਮੀਨਸ ਦਿਲ ਨਹੀਂ ਦਿਖਾਉਣਾ ਚਾਹੀਦਾ ਜਿਵੇਂ ਬੰਦਾ ਕੋਈ ਗਲਤ ਕੰਮ ਕਰਦਾ। ਦੁਖਣਾ ਨਹੀਂ, ਤੋੜਨਾ ਨਹੀਂ ਚਾਹੀਦਾ, ਯਾਰ ਦਿਲ ਢੋਣਾ ਨਹੀਂ ਚਾਹੀਦਾ ਵੀ ਤੇਤੇ ਕੰਮ ਨਹੀਂ ਹੋਣਾ। ਥੋੜੇ ਦਿਨ ਪਹਿਲਾਂ ਇੱਕ ਬੰਦਾ ਲੜਦਾ ਪਿਆ ਤਾਂ ਮੇਰੇ ਨਾਲ, ਮੈਂ ਉਹਨੂੰ ਕਹੀ ਜਾਂਦਾ, ਮੈਂ ਕਿਹਾ ਤੈਨੂੰ ਨਹੀਂ ਆ ਸਕਦਾ ਬ੍ਰਹਮ ਗਿਆਨ ਸਮਝ, ਇਹ ਚੀਜ਼ ਗਲਤ ਕੀਤੀ। ਤੂੰ ਸਮਝਣਾ ਨੀ ਚਾਹੁੰਦਾ, ਇਹ ਗੱਲ ਅਲੱਗ ਹੈ, ਇਹਨੂੰ ਅੱਛਾ ਸਮਝ ਨਹੀਂ ਆਉਣਾ, ਉਹ ਗੱਲ ਅਲੱਗ ਹੈ। ਓਕੇ ਠੀਕ ਹੈ। ਤੇ ਮਚੰਗਵਾਂ ਦਾ ਕੀ ਅਰਥ ਹੁੰਦਾ ਹੈ? ਨਹੀਂ ਚੰਗਾ ਹੈ, ਨਹੀਂ ਚੰਗਾ ਹੈ। ਸਭਨਾ ਮਨ ਮਾਣਕ, ਸਭਦਾ ਸਭਦੇ ਮਨ ਮੋਤੀ ਹਨ। ਟਾਲਣ ਬੋਲ ਨਾ ਚੰਗ ਬੜਾ ਬੱਬਾ ਨੈਗੇਟਿਵ ਲੱਗਿਆ ਹੈ। ਅੱਛਾ ਚੰਗ ਬਾ ਚੰਗਾ ਨਹੀਂ ਹੈ, ਠੀਕ ਹੈ। ਬਈ ਚੰਗਾ ਬੱਬਾ ਲੱਗ ਗਿਆ ਨੈਗੇਟਿਵ, ਠੀਕ ਹੈ ਠੀਕ ਹੈ ਠੀਕ ਹੈ। ਜੇ ਤੋਂ ਕਿਰਿਆ ਦੀ ਸਿੱਖ, ਸਿੱਖ ਕੀ ਹੁੰਦਾ ਹੈ? ਆਸ ਪਿਆਸ ਹੈ। ਤੇ ਇੱਕ ਇੰਦਰ ਫਰੀਦ ਜੀ ਇੱਕ ਹੋਰ ਗੱਲ ਕਹਿੰਦੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਇਹ ਵੀ ਸੇਮ ਗੱਲ। ਹਾਂ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹਿਆ ਉਹਨਾਂ ਕਹੀ ਠਾਏ ਮਾਣਕ ਸਭ ਮੋਲਵੇ। ਫਿੱਕਾ ਹੁੰਦਾ ਤੱਤ ਤੋਂ ਬਿਨਾਂ ਬੋਲਣਾ। ਅੱਛਾ, ਤੱਤ ਬਗੈਰ ਕੋਈ ਹੋਰ ਗੱਲ ਕਰਨੀ, ਉਹ ਫਿੱਕਾ। ਹਾਂ ਉਹ ਫਿੱਕਾ ਹੁੰਦਾ। ਅੱਛਾ, ਇਹਦੇ ਅੰਦਰ ਇਵੇਂ ਜਿਵੇਂ ਆਪਾਂ ਕਹਿ ਦਿੰਦੇ ਵੀ ਪੌਂਦਾਨ ਕਰ ਤੂੰ, ਵੀ ਪੌਂਦਾਨ ਕਰ ਤੂੰ ਉਹ ਸਵਰਗਾਂ ਚ ਚਲੇ ਜਾਏਂਗੇ, ਫਿੱਕ ਇਹ ਫਿੱਕੀ ਗੱਲ ਹੈ? ਬ੍ਰਹਮ ਗਿਆਨ ਤੋਂ ਉਲਟ ਕੋਈ ਗਿਆਨ ਦੇਣਾ ਉਹ ਝੂਠ ਹੈ, ਫੱਤਾ ਨਹੀਂ ਹੈ। ਤੇ ਫਿੱਕੇ ਚ ਕੀ ਆਜੂਗਾ? ਫਿੱਕਾ ਚ ਨਾ ਲੂਣ ਹੈ ਨਾ ਮਿੱਠਾ ਹੈ, ਫਿੱਕਾ ਉਹ। ਯਾਨੀ ਭਾਈ ਜਦ ਗੱਲ ਕਰਨੀ ਕੋਈ ਬਕਵਾਸ ਕਰਨੀ ਉਹਨੂੰ ਕਹਾਂਗੇ? ਇਲੋਜੀਕਲ, ਆਪਣੇ ਜਾਣੇ ਤਾਂ ਕਰਦਾ ਠੀਕ ਗੱਲ, ਇਮਾਨਦਾਰੀ ਨਾਲ ਕਰਦਾ, ਪਰ ਠੀਕ ਹੈ ਨੀ। ਐਗਜ਼ਾਮਪਲ ਕੋਈ ਜਿਵੇਂ ਦਿਓ। ਜਿਵੇਂ ਕਹਿੰਦਾ ਵੀ ਬਾਪ ਕਹਿੰਦਾ ਬਈ ਸੰਸਾਰੀ ਬਾਪ ਬਣਦਾ ਉਹ, ਠੀਕ ਹੈ, ਇਹ ਫਿੱਕਾ ਹੈ। ਅੱਛਾ, ਬਾਪ ਹੈ ਨੀਗਾ, ਪਰ ਉਹ ਤਾਂ ਬੰਦੀ ਬੈਠਾ, ਉਹਨੂੰ ਪੜਾਇਆ ਬਾਪ ਹੈ। ਅੱਛਾ, ਇਹ ਨਾਨਕ ਫਿੱਕਾ ਬੋਲਿਆ ਤਾਂ ਉਹਨੂੰ ਫਿੱਕਾ ਹੋਏ, ਠੀਕ ਹੈ ਠੀਕ ਹੈ ਠੀਕ ਹੈ। ਸਭਨਾ ਮੈਂ ਸੱਚਾ ਧਣੀ, ਸੱਚਾ ਧਣੀ ਇਹ ਅੰਦਰ ਚਿੱਤ ਦੀ ਗੱਲ ਹੈ, ਜੀਵਾਤਮਾ। ਸੱਚ ਸਾਰਿਆਂ ਦੇ ਅੰਦਰ ਹੈ, ਸੱਚ ਸਾਰਿਆਂ ਦੇ ਅੰਦਰ ਹੈ, ਹਿਆ ਉਹਨਾਂ ਕਿਹੀ ਠਾਏ ਮਾਣਕ ਸਭ ਅਮੋਲ ਹੋਏ, ਠੀਕ ਹੈ ਜੀ। ਇੱਕ ਇੱਕ ਚੀਜ਼ ਹੋਰ ਇਹਦੇ ਅੰਦਰ, ਇੱਕ ਹੋਰ, ਮਤੀ ਹੋਦੀ ਹੋਏ ਆਣਾ, ਤਾਣ ਹੋਦੇ ਹੋਏ ਨਿਤਾਣਾ। ਮਤੀ ਅਕਲ ਹੁੰਦੇ ਹੋਵੇ, ਆਣਾ ਤਾਣ ਹੁੰਦੇ ਹੋਏ ਨਿਤਾਣਾ, ਸ਼ਕਤੀ ਹੁੰਦੀ ਹੋਏ ਆਪਣੇ ਆਪ ਨੂੰ ਸ਼ਕਤੀ ਨਾ ਸਮਝੇ, ਹੰਕਾਰ ਨਾ ਕਰੇ, ਅਣਹੁੰਦੇ ਆਪ ਵੰਡਾਏ, ਅਣਹੁੰਦੇ ਨਾ ਹੁੰਦੇ ਹੋਏ ਆਪਣੇ ਆਪ ਨੂੰ ਵੰਡਾਏ। ਵੰਡਾਏ ਦਾ ਕੀ ਅਰਥ ਹੈ? ਵੱਡਾ ਕਹੇ ਕੋਈ ਐਸਾ ਭਗਤ ਸਦਾਏ, ਠੀਕ ਹੈ ਠੀਕ ਹੈ ਠੀਕ ਹੈ।